1947 ਦੀ ਵੰਡ ਨੇ ਜਿੱਥੇ ਲੱਖਾਂ ਘਰ ਉਜਾੜ ਕੇ ਪੰਜਾਬ ਦੇ ਦੋ ਟੋਟੇ ਕਰ ਦਿੱਤੇ, ਉੱਥੇ ਹੀ ਸਿੱਖ ਇਤਿਹਾਸ ਦਾ ਸੀਨਾ ਇਸ ਤਰ੍ਹਾਂ ਬੇਦਰਦੀ ਨਾਲ ਚੀਰ ਦਿੱਤਾ ਕਿ 70 ਸਾਲ ਬੀਤ ਜਾਣ ਮਗਰੋਂ ਵੀ ਇਸ ਦਾ ਦਰਦ ਹਰ ਗੁਰਸਿੱਖ ਆਪਣੇ ਦਿਲ ਵਿੱਚ ਮਹਿਸੂਸ ਕਰ ਸਕਦਾ ਹੈ। ਇਨ੍ਹਾਂ ਹੀ ਦਿਲਾਂ ਦੇ ਦੁੱਖ ਵੰਡਣ ਅਤੇ ਪਿਆਰ ਦੀ ਮਾਲਾ ਪਰੋਵਣ ਵਾਸਤੇ ਅੱਜ ਪੰਜਾਬੀ ਲਹਿਰ ਤੁਹਾਨੂੰ ਉਸ ਪਾਵਨ ਪਵਿੱਤਰ ਅਸਥਾਨ 'ਤੇ ਲੈ ਕੇ ਆਈ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸੱਜਣ ਠੱਗ ਨੂੰ ਸੱਚਾ ਸੱਜਣ ਬਣਾ ਦਿੱਤਾ। ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦੀ ਹਕੀਕਤ ਅਤੇ ਪਾਪੀਆਂ ਦੇ ਉਧਾਰ ਲਈ ਬਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਨ 1500 ਵਿੱਚ ਜਗਤ ਫੇਰੀ 'ਤੇ ਨਿਕਲੇ। ਗੁਰੂ ਜੀ ਅਤੇ ਭਾਈ ਮਰਦਾਨਾ ਮੁਲਤਾਨ ਦੇ ਸ਼ਹਿਰ ਤੁਲੰਬੇ ਤੋਂ 20 ਕਿਲੋਮੀਟਰ ਦੂਰ ਮਖਦੂਮਪੁਰ ਨਾਮੀ ਕਸਬੇ ਪਹੁੰਚੇ ਤਾਂ ਉਹਨਾਂ ਨੇ ਰਾਹ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਸੋਹਣਾ ਡੇਰਾ ਵੇਖਿਆ। ਸੱਜਣ ਨਾਮੀ ਇੱਕ ਸ਼ੇਖ ਨੇ ਇਹ ਡੇਰਾ ਮੁਸਾਫਰਾਂ ਵਾਸਤੇ ਬਣਵਾਇਆ ਹੋਇਆ ਸੀ। ਇਸ ਡੇਰੇ ਵਿੱਚ ਹਰ ਇੱਕ ਨੂੰ ਰਹਿਣ ਵਾਸਤੇ ਥਾਂ ਅਤੇ ਖਾਣ ਲਈ ਲੰਗਰ ਹਰ ਟਾਈਮ ਮਿਲ ਜਾਂਦਾ ਸੀ। ਬਜ਼ਾਹਿਰ ਰਾਹੀ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ, ਕੋਈ ਫਰਕ ਨਹੀਂ ਕਰਦਾ ਸੀ। ਸ਼ੇਖ ਨੇ ਇਸ ਡੇਰੇ ਦੇ ਇੱਕ ਪਾਸੇ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸਜਿਦ ਵੀ ਬਣਵਾਈ ਹੋਈ ਸੀ। ਸ਼ੇਖ ਸਾਰਾ ਦਿਨ ਆਏ ਹੋਏ ਮੁਸਾਫਰਾਂ ਦੀ ਸੇਵਾ ਸਾਂਭ ਕਰਦਾ ਸੀ, ਪਰ ਉਹੀ ਸ਼ੇਖ ਰਾਤ ਗੁਜ਼ਾਰਨ ਵਾਲੇ ਰਾਹੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ ਵਿੱਚ ਸਿੱਟ ਦਿੰਦਾ ਅਤੇ ਉਹਨਾਂ ਦਾ ਮਾਲ ਹਜ਼ਮ ਕਰ ਜਾਂਦਾ ਸੀ। ਗੁਰੂ ਜੀ ਨੂੰ ਵੇਖ ਕੇ ਸ਼ੇਖ ਸੱਜਣ ਨੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਵੱਡੇ ਤਨਾਟ ਸਨ, ਪਰ ਗੁਰੂ ਜੀ ਮਨਾਂ ਦੇ ਜਾਣਨੇ ਵਾਲੇ ਸਨ। ਉਹਨਾਂ ਤੋਂ ਕੋਈ ਚੀਜ਼ ਲੁਕੀ ਨਹੀਂ ਸੀ। ਸ਼ੇਖ ਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬਹੁਤ ਸੇਵਾ ਕੀਤੀ। ਸ਼ਾਮ ਦਾ ਖਾਣਾ ਖਾਣ ਪਿੱਛੋਂ ਗੁਰੂ ਜੀ ਨੂੰ ਬੇਨਤੀ ਕੀਤੀ, ਸੰਤ ਜੀ ਰਾਤ ਕਾਫੀ ਹੋ ਗਈ ਹੈ, ਅੰਦਰ ਜਾ ਕੇ ਆਰਾਮ ਕਰ ਲਵੋ। ਤਾਂ ਗੁਰੂ ਜੀ ਨੇ ਆਖਿਆ, ਅਸੀਂ ਇੱਕ ਸ਼ਬਦ ਉਸ ਮਾਲਕ ਦੀ ਉਸਤਤ ਵਿੱਚ ਪੜ੍ਹ ਕੇ ਸੋਵਾਂਗੇ। ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਵੀ ਸ਼ਬਦ ਉਚਾਰਿਆ। ਉਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜਦ ਗੁਰੂ ਜੀ ਦੇ ਇਸ ਸ਼ਬਦ ਦੀ ਆਵਾਜ਼ ਪਈ ਤਾਂ ਉਸਨੂੰ ਲੱਗਾ ਕਿ ਗੁਰੂ ਜੀ ਨੂੰ ਉਸ ਦੇ ਕਾਲੇ ਕਰਤੂਤਾਂ ਬਾਰੇ ਪਤਾ ਲੱਗ ਚੁੱਕਿਆ ਹੈ। ਇਸ ਲਈ ਗੁਰੂ ਜੀ ਕਹਿ ਰਹੇ ਹਨ ਕਿ ਕਾਂਸੀ ਦਾ ਬਰਤਨ ਬਾਹਰੋਂ ਤਾਂ ਖੂਬ ਚਮਕਦਾ ਹੈ, ਪਰ ਜਦ ਇਸ ਨੂੰ ਹੱਥ ਲਗਾਉਂਦੇ ਹਾਂ ਤਾਂ ਹੱਥ ਕਾਲਾ ਹੋ ਜਾਂਦਾ ਹੈ। ਉਸ ਕਾਂਸੀ ਦੇ ਬਰਤਨ ਨੂੰ ਧੋਣ ਪਿੱਛੋਂ ਵੀ ਉਸਦੀ ਕਾਲਕ ਨਹੀਂ ਖਤਮ ਹੁੰਦੀ। ਖਾਲੀ ਕਰਾਂ ਨੂੰ ਬਾਹਰੋਂ ਜਿੰਨਾ ਮਰਜ਼ੀ ਸਜਾ ਲਈਏ, ਪਰ ਜਦ ਉਹ ਟਹਿ ਠੇਰੀ ਹੋਣਗੇ ਤਾਂ ਅੰਦਰੋਂ ਖਾਲੀ ਹੀ ਹੋਣਗੇ। ਇਸ ਤਰ੍ਹਾਂ ਦੇ ਘਰ ਅਤੇ ਗੁਣਾਂ ਤੋਂ ਖਾਲੀ ਸਰੀਰ ਕਿਸੇ ਕੰਮ ਦੇ ਨਹੀਂ। ਤੀਰਥਾਂ ਉੱਤੇ ਚਿੱਟੇ ਕੱਪੜੇ ਪਾਉਣ ਵਾਲੇ ਸੰਤ, ਜਿਹੜੇ ਡੱਡਾਂ ਖਾਣ ਵਾਲੇ ਬਗਲਿਆਂ ਦੀ ਤਰ੍ਹਾਂ ਪੂਲੇ ਪਟਕੇ ਲੋਕਾਂ ਨੂੰ ਲੁੱਟਦੇ ਹਨ, ਉਸ ਨੂੰ ਭਗਤ ਨਹੀਂ ਕਿਹਾ ਜਾਂਦਾ। ਆਦਮੀ ਦੀ ਚਤੁਰਾਈ, ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਤੌਬਾ ਨਹੀਂ ਕਰਦਾ। ਨੇਕ ਬਣਨ ਲਈ ਉਸ ਮਾਲਕ ਦੀ ਆਸਰੇ ਦੀ ਲੋੜ ਹੈ। ਸ਼ਬਦ ਦਾ ਭੋਗ ਪੈਣ ਪਿੱਛੋਂ ਸੱਜਣ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ। ਗੁਰੂ ਜੀ ਦੇ ਕਹਿਣ ਉੱਤੇ
उसने सारा तन गरीबां विच वंड दिता, हक दी कमाई करन लगा अते सच्चा सज्जन बन गया। मौजूदा गुरद्वारा साहब की बिल्डिंग महाराजा रणजीत सिंह ने 18वीं सदी विच बनवाई अते मुसाफरां लई सरां सरोवर अते लंगर का भी प्रबंध किया। 1925 तो बाद गुरद्वारा सुधार लहर वेले गुरु घर विच संगमरमर दियां चुगाठां फर्श अते छत उपर दिलकश नक्शो निगार का काम भी किया गया। 1947 की वंड तो पहला इस अस्थान नू वड्डा गुरद्वारा भी कहा जाता सी। सिखां दी एक वड्डी गिनती इस गुरद्वारा साहब के लागे पिंडा विच रहिंदी सी। मुल्तान दे रस्ते पैण वाला यह गुरद्वारा साहब सारे ही धर्मां वास्ते हर वेले खुला हुंदा सी, पर वंड दी इको ही रात ने सब कुछ उजाड़ के रख दिता। इस वीडियो राही पंजाबी लहर पाकिस्तान की गौरमेंट ETPV अते पाकिस्तान सिख गुरुद्वारा प्रबंधक कमेटी जो कि हर साल पाकिस्तान विच सिख इतिहासक अस्थाना नू सिख श्रद्धालुओं वास्ते खोल रही है, इन संस्थावां नू इस वीडियो राही बेनती करते हाँ कि इस इतिहासक अस्थान की बिल्डिंग नू ना सिर्फ बचाया जावे बल्कि सिख श्रद्धालुओं वास्ते खोल भी दिता जावे। पंजाबी लहर इना अस्थाना नू बचावन दे खिदमात वास्ते हमेशा पेश पेश रहेगी। मेरा नाम शहजादा मज़र यूसफ है, प्रिंसिपल गवर्नमेंट हायर सेकेंडरी स्कूल मखदूमपुर पकौड़ा। ये मैं 89 के अंदर इस स्कूल के अंदर बतौर SS आया था और आज प्रिंसिपल हूँ और मुझे 27 साल इसी जगह पे हो गए हैं। इसी गुरुद्वारे के इर्द गिर्द मुझे अपनी बच्चों को तालीम देने का इत्तेफाक हुआ है और इसकी हमने कोई ख़ास मुरम्मत नहीं की, ये अपनी ओरिजिनल हालत में है और यहाँ पे बच्चों की तादाद जो है वो नियर अबाउट हायर सेकेंडरी स्कूल मिला के 1000 तक है। और सिख भाइयों से ये है कि उनका ये गुरुद्वारा है, कुछ लोग ये आते भी हैं जब ननकाना साहब का मेला लगता है, वो अपनी बिल्डिंग को दीदार करने के लिए आते हैं, उनके दरवाज़े हमेशा खुले हैं, वो अपनी दर्शगाह को देख के अपनी इबादतगाह को देख के बहुत खुश होते हैं। मित्र प्यारे हाल मुरीदां दा कहना हाल मुरीदां दा कहना यारड़े दा सानू सत्थर चंगा मुरीदां दा